ਬਹੁਤ ਵਧੀਆ ਬੂਟੀ ਹੈ ਤੇ ਤੁਹਾਨੂੰ ਦੋ ਚਾਰ ਮੈਂ ਗੁਣ ਦੱਸਦਾ ਜੋ ਤੁਸੀਂ ਘਰੇ ਆਸਾਨੀ ਨਾਲ ਬਣਾ ਸਕਦੇ ਹੋ ਔਰ ਵਰਤ ਵੀ ਸਕਦੇ ਹੋ। ਹੁਣ ਜੇ ਆਮ ਆਪਾਂ ਗੱਲ ਕਰੀਏ ਕਿੱਦਾਂ ਵਰਤਣੀ ਆ, ਇਹਦੀ ਜੜ ਨਿਕਲਦੀ ਆ ਜਿਵੇਂ ਇੱਕ ਮੂਲੀ ਆਪਾਂ ਕੱਢਦੇ ਹਾਂ ਜ਼ਮੀਨ ਦੇ ਵਿੱਚੋਂ, ਇਹਦੀ ਜੜ ਨਿਕਲਦੀ ਆ, ਇਹਦੀ ਜਿਹੜੀਆਂ ਮੁੱਠੀਆਂ ਗੱਠੀਆਂ ਲੈ ਕੇ ਉਹਨੂੰ ਸੁਕਾ ਲਓ, ਉਹਦਾ ਪਾਊਡਰ ਕਰ ਲਓ। ਸੁਕਾਉਣ ਦਾ ਤਰੀਕਾ ਛਾਵੇਂ ਸੁਕਾਉਣੀ ਆ, ਪਾਊਡਰ ਕਰ ਲਓ। ਪਾਊਡਰ ਕਰਕੇ 3 ਤੋਂ 5 ਗ੍ਰਾਮ ਦੀ ਖੁਰਾਕ ਥੋੜ੍ਹੀ ਜਿਹੀ ਵਿੱਚ ਮਿਸ਼ਰੀ ਮਿਲਾ ਕੇ ਦੁੱਧ ਨਾਲ ਲੈ ਸਕਦੇ ਹੋ। ਤੁਹਾਨੂੰ ਪਤਾ ਲੱਗ ਜਾਏਗਾ ਬੇਅੰਤ ਜਿਹੜੀ ਤਾਕਤ ਹੈ ਇਹਦੀ, ਦਿਮਾਗ ਨੂੰ ਨਰਵਸ ਸਿਸਟਮ ਨੂੰ ਕਮਜ਼ੋਰ ਕਰਦੀ ਹੈ, ਮੈਮਰੀ ਲੌਸ ਆ, ਨੀਂਦ ਤੇ ਅਸਰ ਆ, ਜਾਂ ਆਪਾਂ ਕਹਿੰਦੇ ਹੱਡੀਆਂ ਕਮਜ਼ੋਰ ਹੋ ਰਹੀਆਂ, ਅੰਦਰ ਦੀ ਅੰਦਰ ਮੱਜਾ ਧਾਤੂ ਦਾ ਸ਼ੈ ਹੋ ਰਿਹਾ, ਦਿਮਾਗ ਤੇ ਅਸਰ ਪੈਂਦਾ, ਹੱਡੀਆਂ ਤੇ ਅਸਰ ਪੈਂਦਾ, ਉਹ ਇਸ ਇੱਕ ਨੰਬਰ ਔਸ਼ਧੀ ਹੈ ਅਸ਼ਵਗੰਧਾ, ਉਹ ਪ੍ਰੋਪਰਲੀ ਇਹਨੇ ਉਸ ਤੇ ਵਰਕ ਕਰਨਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਮੁਖ ਸੰਧੂ, ਅੱਜ ਆਪਣੇ ਨਾਲ ਵੈਦ ਗੁਰਮੇਲ ਸਿੰਘ ਜੀ ਇੱਕ ਵਾਰ ਫੇਰ ਤੋਂ ਜੁੜੇ ਨੇ। ਪਿਛਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ। ਕਿਵੇਂ ਆ ਵੈਦ ਸਾਹਿਬ, ਕਿਵੇਂ ਹੋ, ਠੀਕ ਠਾਕ ਹੋ? ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਠੀਕ ਠਾਕ ਭਾਈ ਸਾਹਿਬ, ਪਿਛਲੀ ਵੀਡੀਓ ਬਹੁਤ ਪਸੰਦ ਕਰੀ ਜੀ ਲੋਕਾਂ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਕਿਹੜੀ ਤੁਹਾਡੇ ਦੱਸਿਆ ਨੁਕਤਾ ਦੀ ਬੋਰਡ ਵਾਲਾ ਨਾ, ਦੁੱਧ ਵਾਲਾ, ਪਤਾਸੇ ਦੇ ਦੁੱਧ ਵਾਲਾ, ਕਾਫੀ ਜ਼ਿਆਦਾ ਲੋਕਾਂ ਨੇ ਮਤਲਬ ਪਸੰਦ ਕਰਿਆ ਤੇ ਲੋਕਾਂ ਨੂੰ ਫਾਇਦਾ ਵੀ ਹੋਇਆ ਕਹਿੰਦੇ ਉਸ ਨੁਕਤੇ ਨਾਲ। ਤੇ ਅੱਜ ਆਪਾਂ ਕਾਦੇ ਕਾਦੇ ਬਾਰੇ ਗੱਲ ਕਰਾਂਗੇ। ਇੱਕ ਤਾਂ ਤੁਸੀਂ ਕਹਿ ਰਹੇ ਸੀ ਵੀ ਅਸ਼ਵਗੰਧਾ ਤੋਂ ਜਾਣੂ ਕਰਵਾਵਾਂਗੇ, ਹੈਨਾ? ਹਾਂਜੀ ਹਾਂਜੀ। ਤੇ ਇੱਕ ਤਾਂ ਉਹਦੀ ਜਾਣਕਾਰੀ ਦੇਣੀ ਹੈ, ਤੇ ਹੋਰ ਆਪਾਂ ਕਾਦੀ ਜਾਣਕਾਰੀ ਦੇਵਾਂਗੇ ਅੱਜ? ਆਪਾਂ ਖਾਸ ਕਰਕੇ ਬੀਬੀਆਂ ਤੇ ਮਰਦ ਰੋਗਾਂ ਦੇ ਜਿਹੜੇ ਗੁਪਤ ਰੋਗ ਹੁੰਦੇ ਉਹਨਾਂ ਬਾਰੇ ਦੱਸ ਦਿਆਂਗੇ। ਦੱਸ ਦਿਆਂਗੇ। ਤੇ ਇਹ ਐਂ ਦੱਸੋ ਵੈਸ ਸਾਹਿਬ, ਸਭ ਤੋਂ ਪਹਿਲਾਂ ਅੱਜ ਆਪਾਂ ਅਗਰ ਗੱਲ ਕਰਦੇ ਹਾਂ ਕਿ ਅਸ਼ਵਗੰਧਾ ਦੀ ਗੱਲ ਕਰ ਲਈ, ਆਪਾਂ ਕਿਵੇਂ ਤੇ ਦੇਖ ਰਹੇ ਹੋ ਸਾਡੇ ਲਵੇ ਅਸ਼ਵਗੰਧਾ ਦਾ ਇੱਕ ਪੌਦਾ ਖੜਿਆ, ਸਭ ਤੋਂ ਪਹਿਲਾਂ ਤੁਹਾਨੂੰ ਨੀਚੇ ਜਾਂਦੇ ਹਾਂ ਅਸ਼ਵਗੰਧਾ ਬਾਰੇ ਦੱਸਦੇ ਹਾਂ। ਸੋ ਇਹ ਜੋ ਪ੍ਰਸਿੱਧ ਬੂਟੀ ਆ ਆਯੁਰਵੇਦ ਦੀ ਅਸ਼ਵਗੰਧਾ, ਇਹ ਬੂਟੀ ਅਨੇਕਾਂ ਵਾਰ ਆਪਾਂ ਦੇਖੀਆਂ, ਅਨੇਕਾਂ ਵਾਰ ਆਪਾਂ ਛੱਡ ਕੇ ਚਲੇ ਜਾਂਦੇ ਹਾਂ ਵੀ ਸ਼ਾਇਦ ਸਾਡੇ ਕੰਮ ਦੀ ਨਹੀਂ, ਇਗਨੋਰ ਕਰਦੇ ਰਹੇ ਨੇ ਆਪਾਂ, ਪਰ ਕੁਦਰਤ ਨੇ ਸਾਨੂੰ ਬਹੁਤ ਅਨਮੁੱਲਾ ਖਜ਼ਾਨਾ ਦਿੱਤਾ। ਆਯੁਰਵੇਦ ਦੇ ਵਿੱਚ ਇਹਨੂੰ ਅਸ਼ਵਗੰਧਾ ਕਿਹਾ ਗਿਆ। ਅਸ਼ਵ ਮਤਲਬ ਘੋੜਾ, ਗੰਧਾ ਮਤਲਬ ਘੋੜੇ ਦੇ ਪਸੀਨੇ ਦੀ ਗੰਧ, ਉਦਾਂ ਦੀ ਇਹਦੇ 'ਚ ਗੰਧ ਆਉਂਦੀ, ਇਹਨੂੰ ਬੋਲਿਆ ਜਾਂਦਾ ਅਸ਼ਵਗੰਧਾ। ਇਹਦੇ ਪੱਤੇ, ਫੁੱਲ, ਇਹਦੇ ਫਲ, ਇਹਦੀਆਂ ਜੜ੍ਹਾਂ, ਇਹਦਾ ਸੱਕ, ਹਰ ਇੱਕ ਪੰਚਾਂਗ ਇਹਦਾ ਆਯੁਰਵੇਦ ਵਿੱਚ ਵਰਤਿਆ ਜਾਂਦਾ। ਅਲੱਗ ਅਲੱਗ ਇਹਦੀ ਵਿਧੀ ਆ, ਜਿੱਦਾਂ ਕੋਈ ਵੈਦ ਇਹਨੂੰ ਵਰਤਦਾ ਜਾਂ ਲੋਕ ਇਹਨੂੰ ਵਰਤਦੇ ਆ। ਆਯੁਰਵੇਦ ਦੇ ਵਿੱਚ ਬਹੁਤ ਸਾਰੇ ਪੁਰਾਣੇ ਗ੍ਰੰਥ ਨੇ ਜਿਹੜੇ ਮਰਦ ਪ੍ਰਧਾਨ ਨੁਸਖੇ ਨੇ, ਮਰਦਾਂ ਦੇ ਨੁਸਖੇ ਨੇ, ਸੈਕਸ ਲਈ ਜਾਂ ਅੰਦਰੂਨੀ ਰੋਗਾਂ ਦੇ, ਬਹੁਤ ਵਧੀਆ ਪੈਂਦੀ ਇਹ ਦਵਾਈ ਉਹਦੇ ਵਿੱਚ। ਜਾਂ ਗਠੀਏ ਦੇ ਰੋਗ ਆ ਜਿਨ੍ਹਾਂ ਵਿੱਚ ਬੀਬੀਆਂ ਨੂੰ ਗਠੀਆ ਹੋ ਜਾਂਦਾ, ਉਹਨਾਂ ਵਿੱਚ ਬਹੁਤ ਵਧੀਆ ਪੈਂਦੀ ਆ। ਜਾਂ ਜਿਨ੍ਹਾਂ ਦਾ ਦਿਮਾਗ ਕਮਜ਼ੋਰ ਹੋ ਜਾਂਦਾ, ਦਿਮਾਗ ਦੇ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ, ਮੱਝਾ ਧਾਤੂ ਕਮਜ਼ੋਰ ਹੋ ਜਾਂਦੀ ਆ, ਉੱਥੇ ਬਹੁਤ ਵਧੀਆ ਵਰਤੀ ਜਾਂਦੀ ਆ ਅਸ਼ਵਗੰਧਾ। ਪਰ ਅੱਜ ਕੀ ਚੱਕਰ ਪੈ ਗਿਆ, ਅੱਜ ਸਾਡੇ ਸਮਾਜ ਦੇ ਵਿੱਚ ਜਾਂ ਤਾਂ ਅਸੀਂ ਵਿਸ਼ਵਾਸ ਨਹੀਂ ਕਰਦੇ, ਜਾਂ ਅਸੀਂ ਲਤਾੜ ਕੇ ਕੁਝ ਬੂਟੀਆਂ ਲੰਘ ਜਾਂਦੇ ਹਾਂ, ਜਾਂ ਰੇਹਾਂ ਸਪਰੇਹਾਂ ਨੇ ਉਹ ਖਤਮ ਕਰਤੀਆਂ। ਬਹੁਤ ਵਧੀਆ ਬੂਟੀ ਹੈ ਤੇ ਤੁਹਾਨੂੰ ਦੋ ਚਾਰ ਮੈਂ ਗੁਣ ਦੱਸਦਾ ਜੋ ਤੁਸੀਂ ਘਰੇ ਆਸਾਨੀ ਨਾਲ ਬਣਾ ਸਕਦੇ ਹੋ ਔਰ ਵਰਤ ਵੀ ਸਕਦੇ ਹੋ। ਹੁਣ ਜੇ ਆਮ ਆਪਾਂ ਗੱਲ ਕਰੀਏ ਕਿੱਦਾਂ ਵਰਤਣੀ ਆ, ਇਹਦੀ ਜੜ ਨਿਕਲਦੀ ਆ ਜਿਵੇਂ ਇੱਕ ਮੂਲੀ ਆਪਾਂ ਕੱਢਦੇ ਹਾਂ ਜ਼ਮੀਨ ਦੇ ਵਿੱਚੋਂ, ਇਹਦੀ ਜੜ ਨਿਕਲਦੀ ਆ, ਇਹਦੀ ਜਿਹੜੀਆਂ ਮੁੱਠੀਆਂ ਗੱਠੀਆਂ ਲੈ ਕੇ ਉਹਨੂੰ ਸੁਕਾ ਲਓ, ਉਹਦਾ ਪਾਊਡਰ ਕਰ ਲਓ। ਸੁਕਾਉਣ ਦਾ ਤਰੀਕਾ ਛਾਵੇਂ ਸੁਕਾਉਣੀ ਆ, ਪਾਊਡਰ ਕਰ ਲਓ। ਪਾਊਡਰ ਕਰਕੇ 3 ਤੋਂ 5 ਗ੍ਰਾਮ ਦੀ ਖੁਰਾਕ ਥੋੜ੍ਹੀ ਜਿਹੀ ਵਿੱਚ ਮਿਸ਼ਰੀ ਮਿਲਾ ਕੇ ਦੁੱਧ ਨਾਲ ਲੈ ਸਕਦੇ ਹੋ। ਤੁਹਾਨੂੰ ਪਤਾ ਲੱਗ ਜਾਏਗਾ ਬੇਅੰਤ ਜਿਹੜੀ ਤਾਕਤ ਹੈ ਇਹਦੀ, ਦਿਮਾਗ ਨੂੰ ਨਰਵਸ ਸਿਸਟਮ ਨੂੰ ਕਮਜ਼ੋਰ ਕਰਦੀ ਹੈ, ਮੈਮਰੀ ਲੌਸ ਆ, ਨੀਂਦ ਤੇ ਅਸਰ ਆ, ਜਾਂ ਆਪਾਂ ਕਹਿੰਦੇ ਹੱਡੀਆਂ ਕਮਜ਼ੋਰ ਹੋ ਰਹੀਆਂ, ਅੰਦਰ ਦੀ ਅੰਦਰ ਮੱਜਾ ਧਾਤੂ ਦਾ ਸ਼ੈ ਹੋ ਰਿਹਾ, ਦਿਮਾਗ ਤੇ ਅਸਰ ਪੈਂਦਾ, ਹੱਡੀਆਂ ਤੇ ਅਸਰ ਪੈਂਦਾ, ਉਹ ਇਸ ਇੱਕ ਨੰਬਰ ਔਸ਼ਧੀ ਹੈ ਅਸ਼ਵਗੰਧਾ, ਉਹ ਪ੍ਰੋਪਰਲੀ ਇਹਨੇ ਉਸ ਤੇ ਵਰਕ ਕਰਨਾ। ਦੂਜਾ ਗੱਲ ਆ ਜਾਂਦੀ ਹੈ ਜਿਵੇਂ ਵੀਰਜ ਦੇ ਦੋਸ਼ ਹੁੰਦੇ ਆ ਮਰਦ ਰੋਗਾਂ ਵਿੱਚ, ਮਰਦ ਪ੍ਰਧਾਨ ਦੇ ਵਿੱਚ ਵੀਰਜ ਦੇ ਆਪਣੇ ਵੀਰਜ ਨਹੀਂ ਪ੍ਰੋਪਰ ਮਿਲਦਾ, ਉੱਥੇ ਬਹੁਤ ਸੋਹਣਾ ਕੰਮ ਕਰਦੀ ਇਹ ਔਸ਼ਧੀ ਅਸ਼ਵਗੰਧਾ। ਉੱਥੇ ਦਾ ਤਰੀਕਾ ਇਹਦਾ ਇਹ ਹੈ ਵੀ ਇਹਨੂੰ ਦੁੱਧ ਵਿੱਚ ਉਬਾਲ ਕੇ ਲਿਆ ਜਾਵੇ, ਜਿਵੇਂ 5 ਤੋਂ 10 ਗ੍ਰਾਮ ਅੱਧਾ ਲੀਟਰ ਦੁੱਧ ਵਿੱਚ ਉਬਾਲ ਕੇ ਉਹ ਦੁੱਧ ਨੂੰ ਪੀਤਾ ਜਾਵੇ। ਇੱਕ ਨੰਬਰ ਦੁੱਧ ਇੱਕ ਨੰਬਰ ਕੰਮ ਕਰਦੀ ਹੈ। ਬਾਕੀ ਗਠੀਏ ਦੇ ਵਿੱਚ ਬਹੁਤ ਸੋਹਣਾ ਕੰਮ ਕਰਦੀ ਹੈ, ਜਿਨ੍ਹਾਂ ਬੀਬੇ ਨੂੰ ਗਠੀਆ ਹੋ ਜਾਂਦਾ ਉੱਥੇ ਇਹ ਕੂੜੇ ਸੱਕ ਦੇ ਨਾਲ ਵਰਤੀ ਜਾਂਦੀ ਹੈ। ਕੂੜਾ ਸੱਕ 100 ਗ੍ਰਾਮ, ਅਸ਼ਵਗੰਧਾ 100 ਗ੍ਰਾਮ, ਅੱਧਾ ਅੱਧਾ ਦਾ ਚਮਚਾ ਸਵੇਰੇ ਸ਼ਾਮ ਦੁੱਧ ਨਾਲ ਜਾਂ ਪਾਣੀ ਨਾਲ ਲਿਆ ਜਾਵੇ ਤਾਂ ਹੌਲੀ 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 ਉਹ ਇਲਾਜ ਜਿਹੜਾ ਸੰਭਵ ਹੋ ਜਾਂਦਾ। ਪਰ ਸਮਾਂ ਲੱਗਦਾ ਥੋੜ੍ਹਾ ਜਿਹਾ, ਉਹ ਧਿਆਨ ਰੱਖੋ ਵੀ ਸਮਾਂ ਲੱਗੂਗਾ, ਕਿਉਂਕਿ ਵਾਤ ਪਿੱਤ
ਕਫ ਜਿਵੇਂ ਵਿਗੜੇ ਆ ਉਵੇਂ ਦੂਸ ਦੂਰ ਹੋਣਗੇ ਦੋਸ਼, ਜਿੱਦਾਂ ਹੀ ਬਾਤ ਰਕਤ ਖੂਨ ਗੰਦਾ ਹੋ ਗਿਆ, ਖੂਨ ਦੇ ਵਿੱਚ ਯੂਰਿਕ ਐਸਿਡ ਆ ਗਿਆ, ਹੱਡੀਆਂ ਕਮਜ਼ੋਰ ਹੋ ਗਈਆਂ, ਉਹਨਾਂ ਵਾਸਤੇ ਬਹੁਤ ਵਧੀਆ ਇਹ ਅਸ਼ਵਗੰਧਾ ਹੈਗਾ। ਅਸ਼ਵਗੰਧਾ ਅੱਜ ਕੱਲ੍ਹ ਭਲਵਾਨ ਵੀ ਇਹਨੂੰ ਖਾ ਸਕਦੇ ਆ, ਜਿਹਨਾਂ ਨੇ ਗੇਮ ਕਰਨੀ ਆ, ਜਿਮ ਲਾਉਣਾ, ਜ਼ੋਰ ਦਾ ਕੰਮ, ਉਹ ਵੀ ਇਹਨੂੰ ਵਰਤਣ। ਬੈ ਸਾਹਿਬ, ਅਸ਼ਵਗੰਧਾ ਬਾਰੇ ਤਾਂ ਦੱਸਤਾ ਕਾਫੀ, ਮਤਲਬ ਲੋਕਾਂ ਨੂੰ ਇਹਦੇ ਬਾਰੇ ਸ਼ਾਇਦ ਨਾ ਪਤਾ ਹੋਵੇ, ਕਿਉਂਕਿ ਆਮ ਆਪਾਂ ਲੰਘ ਜਾਂਦੇ ਕਈ ਵਾਰੀ ਰੋਡ ਤੇ, ਐਸੀਆਂ ਜੜੀਆਂ ਬੂਟੀਆਂ ਖੜੀਆਂ ਹੁੰਦੀਆਂ ਨੇ, ਤਾਂ ਕਾਫੀ ਵੱਡੇ ਗੁਣ ਨੇ ਹੈ ਇਹਦੇ ਵਿੱਚ। ਇਹ ਦੇਖੋ ਜੀ, ਆਯੁਰਵੇਦ ਅੱਜ ਦਾ ਨਹੀਂ, ਹਜ਼ਾਰਾਂ ਸਾਲਾਂ ਦਾ ਗ੍ਰੰਥਾਂ ਦੇ ਵਿੱਚ ਜ਼ਿਕਰ ਦਰਜ ਹੈ, ਔਰ ਇਹਦੇ ਰਿਜ਼ਲਟ ਵੀ ਬਾਕਮਾਲ ਆ। ਅੱਜ ਕਿਤੇ ਨਾ ਕਿਤੇ ਸਾਨੂੰ ਪਹਿਚਾਣ ਨਹੀਂ ਇਹਦੀ, ਜਾਂ ਅਸੀਂ ਇਗਨੋਰ ਕਰ ਦਿੰਦੇ ਹਾਂ। ਬਾਜ਼ਾਰ ਦੇ ਵਿੱਚੋਂ ਇਹੀ ਅਸ਼ਵਗੰਧਾ 400 ਰੁਪਏ ਲੈ ਕੇ ਤੋਂ 400 ਰੁਪਏ ਤੋਂ ਲੈ ਕੇ 900 ਰੁਪਏ ਕਿਲੋ ਤੱਕ ਮਿਲਦਾ, ਕੱਲਾ ਸਾਫਤਾ, ਅਲੱਗ ਅਲੱਗ ਕੁਆਲਿਟੀਆਂ। ਅੱਛਾ, ਇਹੀ ਚੀਜ਼ ਆ। ਹਾਂਜੀ, ਪਰ ਉਹ ਥੋੜਾ ਜਿਹਾ ਹੁੰਦਾ ਵੀ ਖੇਤੀ ਹੁੰਦੀ ਹੈ, ਪੋਲੀ ਜ਼ਮੀਨ ਦੇ ਵਿੱਚ ਹੁੰਦਾ, ਇਹ ਥੋੜਾ ਜਿਹਾ ਆਪਣੇ ਆਪ ਜੰਗਲੀ ਆ। ਜੰਗਲੀ ਆ ਤੇ ਕਿਹੜੇ ਨੂੰ ਬੈ ਸਾਹਿਬ, ਕਿਉਂ ਨੀਚੇ ਵੀ ਤੁਸੀਂ ਗੱਲ ਕਰੀ ਕਦੋਂ ਦੱਸ ਰਹੇ ਸੀ ਅਸ਼ਵਗੰਧਾ ਬਾਰੇ, ਤੇ ਕਿਹੜੇ ਮਰਦਾਨਾ ਕਮਜ਼ੋਰੀ ਵਾਲੇ ਨੇ ਕਿਹੜੇ, ਉਹ ਕਿਵੇਂ ਰੋਡ ਦੇ ਉੱਪਰ ਡਾਇਰੈਕਟ ਮਿਲ ਗਿਆ, ਇਹ ਪੈਸੇ ਨਹੀਂ ਖਰਚ ਸਕਦਾ ਅਗਲਾ, ਉਹਨੂੰ ਉਹ ਕਿਵੇਂ ਵਰਤੇ, ਇਹਨੂੰ ਬੰਦਾ ਕਿਵੇਂ ਲੈ ਕੇ ਜਾਵੇ ਤੋੜ ਕੇ? ਉਹਦੇ ਵਾਸਤੇ ਜੀ ਇਹ ਆ ਵੀ ਸਿੰਪਲ ਅਸ਼ਵਗੰਧਾ ਲੈ ਕੇ ਚੁੱਪ ਕਰਕੇ ਇਹਦੀ ਜੜ ਨਿਕਲਦੀ ਹੈ, ਜਿਵੇਂ ਮੂਲੀਆਂ ਹੁੰਦੀਆਂ, ਇਹਦੀ ਜੜ ਨਿਕਲਦੀ ਹੈ ਜ਼ਮੀਨ ਦੇ ਵਿੱਚੋਂ, ਜੜ ਕੱਢ ਕੇ ਜੜ ਨੂੰ ਪਾਊਡਰ ਬਣਾ ਲੈਣਾ। ਠੀਕ ਹੈ ਜੀ। ਪਾਊਡਰ ਜੜਦਾ ਕਰਕੇ ਦੁੱਧ ਨਾਲ 1 ਚਮਚਾ ਸਵੇਰੇ 1 ਸ਼ਾਮ ਆਪਣਾ ਬਿੱਤ ਵੇਖ ਕੇ, ਅੱਧੇ ਤੋਂ 1 ਚਮਚਾ, ਇਹ ਥੋੜਾ ਜਿਹਾ ਗਰਮ ਹੁੰਦਾ, ਇੰਨਾ ਵੀ ਗਰਮ ਨਹੀਂ ਹੁੰਦਾ ਵੀ ਕਿਸੇ ਦਾ ਪਿੱਤ ਵਧਾ ਦੇ, ਬਾਤ ਪਿੱਤ ਕਫ ਤਿੰਨਾਂ ਵਾਸਤੇ ਥੋੜਾ ਜਿਹਾ ਪਿੱਤ ਵਧਾਉਂਦਾ, ਪਚਨ ਦੇਵੇ ਥੋੜਾ ਜਿਹਾ ਭਾਰਾ ਹੁੰਦਾ, ਦੁੱਧ ਨਾਲ ਲੈ ਜਾਵੇ ਹਲਕੀ ਜਿਹੀ ਨਾਲ ਮਿਸ਼ਰੀ, ਜਿਹਨੂੰ ਸ਼ੂਗਰ ਆ ਉਹ ਮਿਸ਼ਰੀ ਨਾ ਲਵੇ, ਅੱਧੇ ਤੋਂ 1 ਚਮਚਾ ਆਪਦੀ ਡੋਜ਼ ਇਹਦੀ ਰੋਟੀ ਤੋਂ ਬਾਅਦ ਸਵੇਰੇ ਸ਼ਾਮ ਲਿਆ ਜਾਵੇ। ਜਿਹੜੀ ਮਰਦਾਨਾ ਕਮਜ਼ੋਰੀ ਉਹਦੇ ਕੰਮ ਕਰਦਾ, ਦਿਮਾਗੀ ਕਮਜ਼ੋਰੀ ਹੈ, ਦਿਮਾਗ ਕਮਜ਼ੋਰ ਆ, ਯਾਦ ਸ਼ਕਤੀ ਘੱਟ ਆ, ਹੱਡ ਕਮਜ਼ੋਰ ਆ, ਨਜ਼ਰ ਕਮਜ਼ੋਰ ਆ, ਜਾਂ ਦਿਮਾਗ ਥੱਕਦਾ, ਤੁਰੇ ਫਿਰਦਿਆਂ ਦਾ, ਬਹਿੰਦਿਆਂ ਦਾ ਚੀਜ਼ਾਂ ਭੁੱਲਣ ਦੀ ਆਦਤ, ਬਹੁਤ ਸੋਹਣਾ ਰਿਜ਼ਲਟ ਆ, ਸਟ੍ਰੈਸ ਚਿੰਤਾ ਬਹੁਤ ਵਧੀਆ ਕੰਮ ਕਰਦਾ, ਖਾਸ ਕਰਕੇ ਆਮ ਜਿਹੜਾ ਇਹਨੂੰ ਮਰਜ਼ੀ ਵਰਤੇ, ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚਿਆਂ ਤੱਕ, ਜਿਨ੍ਹਾਂ ਦਾ ਕੱਦ ਨਹੀਂ ਵੱਧਦਾ ਉਹਨਾਂ ਵਾਸਤੇ ਮੈਂ ਦੱਸਦਾ ਬਹੁਤ ਸਰਲਿਆ ਨੁਸਖਾ, ਜਿਨ੍ਹਾਂ ਬੱਚਿਆਂ ਦਾ ਕੱਦ ਨਹੀਂ ਵੱਧਦਾ, 14 ਸਾਲ ਤੋਂ ਲੈ ਕੇ ਉੱਪਰ ਤੱਕ, 100 ਗ੍ਰਾਮ ਅਸ਼ਵਗੰਧਾ ਦੀ ਜੜ ਦਾ ਪਾਊਡਰ ਲੈ ਲੈਣਾ, ਚਾਹੇ ਬਾਜ਼ਾਰੋਂ ਚਾਹੇ ਕਿਤੋਂ ਲੈ ਲਓ, ਤੇ 20 ਗ੍ਰਾਮ ਚ ਪਾ ਲਈ ਹੈ ਪਰਵਾਲ ਭਸਮ। ਠੀਕ ਹੈ ਜੀ। 100 ਗ੍ਰਾਮ ਅਸ਼ਵਗੰਧਾ, 20 ਗ੍ਰਾਮ ਪਰਵਾਲ ਭਸਮ, ਇਹਨੂੰ ਚੰਗੀ ਤਰ੍ਹਾਂ ਪਾਊਡਰ ਕਰਕੇ, ਜੇ ਬੱਚਾ ਨਹੀਂ ਖਾਂਦਾ ਤਾਂ ਥੋੜੀ ਬਹੁਤੀ ਮਿਸ਼ਰੀ ਮਿਲਾ ਕੇ ਲੈ ਸਕਦੇ ਹੋ, ਇਹ 1/2 ਚਮਚਾ ਸਵੇਰੇ 1/2 ਸ਼ਾਮ, ਕਮ ਸੇ ਕਮ 3 ਮਹੀਨੇ ਤੋਂ ਲੈ ਕੇ 4 ਮਹੀਨੇ ਬੱਚੇ ਨੂੰ ਦਿਓ, ਬੱਚੇ ਦੀ ਹਾਈਟ ਇਨਕਰੀਜ਼ ਹੋ ਜਾਂਦੀ ਹੈ ਹੌਲੀ ਹੌਲੀ ਹੌਲੀ, ਨੁਕਸਾਨ ਕੋਈ ਨਹੀਂ ਹੈ ਪਚਨ ਵਿੱਚ, ਹਲਕਾ, 14 ਸਾਲ ਤੋਂ ਲੈ ਕੇ ਉੱਪਰ ਤੱਕ, ਬਹੁਤ ਵਧੀਆ ਰਿਜ਼ਲਟ ਹੈਗਾ, ਹਾਈਟ ਇਹਨਾਂ ਬੱਚਿਆਂ ਦੀ ਨਹੀਂ ਵਧੀ ਤਾਂ ਬਹੁਤ ਜ਼ਿਆਦਾ ਫਾਇਦੇ ਨੇ ਫਿਰ ਤਾਂ ਬੈ ਸਾਹਿਬ ਇਹਨਾਂ ਦੇ। ਇਹ ਆ ਜੀ, ਦੇਖੋ ਕੁਦਰਤ ਨੇ ਮਨੁੱਖ ਨੂੰ ਇੰਨਾ ਕੁਝ ਦਿੱਤਾ, ਇੰਨਾ ਕੁਝ ਦਿੱਤਾ, ਮਨੁੱਖ ਦੀ ਬੁੱਧੀ ਏਦਾਂ ਦੀ ਹੋ ਗਈ ਹੈ ਵੀ ਇਹ ਡੱਬਾ ਬੰਦ ਚੀਜ਼ਾਂ ਵੱਲ ਭੱਜ ਲਿਆ, ਕੁਦਰਤਕ ਚੀਜ਼ਾਂ ਵੱਲ ਨੂੰ ਨਹੀਂ ਜਾਂਦਾ ਗਾ। ਇੱਕ ਬੈ ਸਾਹਿਬ ਹੋਰ, ਅਗਰ ਮੈਂ ਗੱਲ ਕਰਾਂ, ਕਿਵੇਂ ਅੱਜ ਕੱਲ ਬੀਪੀ ਦੀ ਪ੍ਰੋਬਲਮ ਬਹੁਤ ਚੱਲ ਰਹੀ ਹੈ ਲੋਕਾਂ ਨੂੰ, ਹੈ ਨਾ? ਹਾਂਜੀ। ਬੀਪੀ ਵੱਧਦਾ ਘਟਦਾ, ਇਹਦੇ ਬਾਰੇ ਵੀ ਕੋਈ ਦੱਸੋ ਨੁਕਤਾ, ਕੋਈ ਕੀ ਕਿਵੇਂ ਇਸ ਦਾ ਇਲਾਜ ਕਰਿਆ ਜਾ ਸਕਦਾ, ਕੀ ਪਰਹੇਜ਼ ਨੇ? ਅਸਲ ਤਾਂ ਜਿਹੜੇ ਆਪਾਂ ਗੱਲ ਕਰਦੇ ਕੱਲੇ ਨੁਕਤਿਆਂ ਨਾਲ ਵੀ ਗੱਲ ਨਹੀਂ ਬਣਦੀ, ਪਰ ਕਿਤੇ ਨਾ ਕਿਤੇ ਨੁਕਤੇ ਬਾਤ ਪਿੱਤ ਕਫ ਦੇ ਸੁਮੇਲ ਦੇ ਨਾਲ ਹੋਣ, ਤਾਂ ਕੁਝ ਨੁਕਤੇ ਬਾਤ ਨੂੰ ਸ਼ਾਂਤ ਕਰਨ ਵਾਸਤੇ, ਕੁਝ ਪਿੱਤ ਨੂੰ, ਕੁਝ ਕਫ ਨੂੰ, ਕੁਝ ਨੁਸਖੇ ਤਿੰਨਾਂ ਤੇ ਹੀ ਕੰਮ ਕਰਦੇ, ਬਾਤ ਪਿੱਤ ਕਫ, ਜਿਹੜਾ ਹੁੰਦਾ ਬੀਪੀ ਵਾਲਾ ਪ੍ਰੋਸੈਸ, ਇਹ ਅੱਜ ਦੀ ਡੇਟ ਵਿੱਚ ਮੰਨ ਕੇ ਚੱਲੀ ਗਏ ਪਿੱਤ ਪ੍ਰਕਿਰਤੀ ਵਿਗੜਨ ਦੇ ਕਰਕੇ ਹੁੰਦਾ, ਪਾਚਨ ਤੰਤਰ ਕਮਜ਼ੋਰ ਹੋਣ ਦੇ ਕਰਕੇ ਹੁੰਦਾ, ਇਹ ਦੇਖਣਾ ਪੈਂਦਾ ਵੀ ਉਹਨੂੰ ਕਿਹੜੀ ਚੀਜ਼ ਦਈਏ, ਉਹਦਾ ਪਿੱਤ ਕਿਵੇਂ ਆ, ਬਾਤ ਕਿਵੇਂ। ਹਾਂ, ਉਦਾਂ ਇੱਕ ਬਣੀ ਬਣਾਈ ਕੰਪਨੀ ਦੀ ਟੈਬਲੇਟ ਆਉਂਦੀ ਹੈ ਸਰਪਗੰਧਾ ਵੱਟੀ, ਉਹ ਲੋਕ ਆਮ ਖਾ ਸਕਦੇ ਆ, ਕੋਈ ਮਰਜ਼ੀ ਖਾ ਲੇ, ਉਹਨੂੰ ਕੋਈ ਨੁਕਸਾਨ ਨਹੀਂ ਹੈ, ਬਾਕੀ ਇਹਦਾ ਦੋਸ਼ ਦੇਖ ਕੇ ਇਲਾਜ ਕੀਤਾ ਜਾਵੇ, ਮੇਰੇ ਹਿਸਾਬ ਨਾਲ ਤਾਂ ਉਹ ਜ਼ਿਆਦਾ ਬਿਹਤਰ ਆ। ਅੱਛਾ ਬਾਈ ਸਾਹਿਬ, ਅਗਰ ਮੈਂ ਗੱਲ ਕਰਾਂ ਕਿਵੇਂ ਬੀਬੀਆਂ ਭੈਣਾਂ ਵੀ ਜਾਣ ਕੇ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਕੋਲੇ, ਕਿਉਂਕਿ ਦਵਾਖਾਨੇ ਦੇ ਉੱਪਰ ਆਉਂਦੀਆਂ ਹੋਣਗੀਆਂ, ਤੇ ਕਿਹੜੇ ਬੀਬੀਆਂ ਭੈਣਾਂ ਦੇ ਰੋਗ ਹੁੰਦੇ ਨੇ, ਹੈ ਨਾ, ਕਈ ਵਾਰੀ ਸ਼ਰਮਾ ਵੀ ਜਾਂਦੀਆਂ ਨੇ ਨਹੀਂ ਦੱਸਦੀਆਂ, ਹੈ ਨਾ, ਜਿਹੜੇ ਆਮ ਚੱਲ ਰਹੀਆਂ ਨੇ ਬਿਮਾਰੀਆਂ, ਉਹਨਾਂ ਬਾਰੇ ਕੋਈ ਰਾਇ ਕੋਈ ਬੀਬੀਆਂ ਭੈਣਾਂ? ਦੇਖੋ, ਜਿਵੇਂ ਬੀਬੀਆਂ ਨੂੰ ਸਫੇਦ ਪਾਣੀ ਜ਼ਿਆਦਾ ਰਹਿੰਦਾ, ਚਿੜਚਿੜਾਪਣ ਜ਼ਿਆਦਾ ਹੋ ਜਾਂਦਾ, ਇਹਨਾਂ ਸਮੇਂ ਚ ਪੀਰੀਅਡ ਤੇ ਅਸਰ ਪੈਂਦਾ, ਲੱਕ ਦਰਦ ਕਰਦਾ, ਉਹਨਾਂ ਵਾਸਤੇ ਬਹੁਤ
ਵਧੀਆ ਜਿਹੜੀਆਂ ਆਯੁਰਵੇਦ ਔਸ਼ਧੀਆਂ ਹੈਗੀਆਂ ਉਹ ਅਸੀਂ ਆਪ ਦਿੰਦੇ ਹਾਂ, ਉਹਦਾ ਪ੍ਰਕਿਰਤੀ ਵੇਖ ਕੇ ਵਾਤਾ ਪਿੱਤਾ ਕਾਫਾ ਜਾਂ ਉਹਦੇ ਰਸੌਲੀਆਂ ਹੋ ਗਈ, ਜਾਂ ਉਹਦੇ ਗਰਭ ਦੇ ਵਿੱਚ ਸੋਜ ਆ, ਜਾਂ ਗਰਭ ਨਹੀਂ ਠਹਿਰ ਰਿਹਾ ਗਾ, ਜਾਂ ਗਰਭ ਠਹਿਰਨ ਸਾਰੀ ਮਿਸਕੈਰਜ ਹੋ ਜਾਂਦਾ, ਕਈ ਕਾਰਨ ਉਹ ਦੇਖ ਕੇ ਪ੍ਰਕਿਰਤੀ ਦਿੱਤੀ ਜਾਂਦੀ ਹੈ ਦਵਾਈ। ਪ੍ਰੋਪਰ ਹੀ ਮੈਂ ਪ੍ਰੋਪਰ ਉਹੀ ਇਲਾਜ ਕਰਾਂਗਾ ਜੋ ਮੈਨੂੰ ਪਤਾ, ਮੈਂ ਕਦੇ ਕਿਸੇ ਨੂੰ ਗੁਮਰਾਹ ਨਹੀਂ ਕੀਤਾ ਚਾਰ ਪੈਣ ਦੀ ਖਾਤਰ, ਉਹਦਾ ਆਪਾਂ ਨੂੰ ਕੋਈ ਫਾਇਦਾ ਹੀ ਨਹੀਂ ਹੈ। ਕਿਵੇਂ ਬੈਂਸ ਸਾਹਿਬ, ਆਪਾਂ ਆਫ ਕੈਮਰਾ ਵੀ ਗੱਲ ਕਰ ਰਹੇ ਸੀ, ਤੁਸੀਂ ਕਹਿੰਦੇ ਵੀ ਮੈਂ ਪੈਸਿਆਂ ਪਿੱਛੇ ਕੰਮ ਨਹੀਂ ਕਰਦਾ ਹੈਗਾ, ਹੈ ਨਾ, ਵੀ ਮੈਂ ਸਿਰਫ ਇਹ ਦੇਖਦਾ ਹੁੰਦਾ ਵੀ ਮਰੀਜ਼ ਠੀਕ ਹੋ ਜਾਏ, ਹੈ ਨਾ। ਪੈਸਾ ਵੀ ਮੈਂ ਦੇਖਿਆ ਤੁਹਾਡੇ ਕਿਹੜੇ ਰੇਟ ਨੇ, ਜੋ ਵੀ ਦਵਾਈ ਤੁਸੀਂ ਆਪਣੇ ਦਵਾਖਾਨੇ ਦੇ ਉੱਪਰ ਵੀ ਮਤਲਬ ਦਿੰਦੇ ਹੋ, ਤਾਂ ਉਹ ਵੀ ਕੋਈ ਲੋਕਾਂ ਵਾਲਾ ਕੰਮ ਨਹੀਂ ਹੈਗਾ। ਇੱਕ ਤਾਂ ਤੁਹਾਡੀ ਕਿਹੜੀ ਲਾਈਨ ਆ, ਮੈਂ ਉਸ ਦਿਨ ਵੀ ਗੱਲ ਕਰੀ ਸੀ, ਕੁਝ ਐਸੇ ਵੈਦ ਆ ਗਏ ਜਾਂ ਨਾਮ ਦੀ ਵੈਦ ਨੇ, ਕਿਵੇਂ ਮੈਂ ਝੋਲਾ ਛਾਪ ਉਦਨ ਕਿਹਾ ਸੀ, ਹੈ ਨਾ, ਉਹਨਾਂ ਨੇ ਤੁਹਾਡੀ ਕਿਹੜੀ, ਤੁਹਾਨੂੰ ਲੱਗਦਾ ਨਹੀਂ ਵੀ ਕਿਹੜੀ ਲਾਈਨ ਆ ਇਹ ਜ਼ਿਆਦਾ ਥੋੜ੍ਹੀ ਜਿਹੀ ਖਰਾਬ ਕਰਤੀ ਹੈ, ਕਿਉਂਕਿ ਯਕੀਨ ਉੱਠਦਾ ਜਾ ਰਿਹਾ ਲੋਕਾਂ ਦਾ, ਬਹੁਤ ਮਤਲਬ ਕੇਸ ਇਹੋ ਜਿਹੇ ਹੁੰਦੇ ਨੇ ਸਾਡੇ ਕੋਲ, ਸਾਡੇ ਵੀ ਸਾਹਮਣੇ ਆਉਂਦੇ ਨੇ ਵੀ ਕਿੱਥੇ ਵੈਦ ਗਲਤ ਕਰ ਜਾਂਦੇ ਨੇ ਕੰਮ ਲੋਕਾਂ ਨਾਲ। ਨਹੀਂ, ਇਹਦੇ ਵਿੱਚ ਇਉਂ ਕਾਰਨ ਆ ਜੀ, ਅਸਲ ਦੇ ਵਿੱਚ ਹਰ ਇੱਕ ਦੀ ਦੌੜ ਭੱਜ ਗਈ ਹੈ, ਲਾਈਫ ਜ਼ਿਆਦਾ ਬਿਜੀ ਹੋ ਚੁੱਕੀ ਹੈ, ਅਗਲ ਕਹਿੰਦਾ ਹੁਣੇ ਖਾਵਾਂ ਤੇ ਹੁਣੇ ਠੀਕ ਹੋ ਜਾਵਾਂ, ਪਰ ਜਿੱਦਾਂ ਨੇ ਤੁਸੀਂ ਬੋਰਡ ਦੇਖੇ ਹੋਣੇ, 5 ਦਿਨਾਂ ਚ, 15 ਦਿਨਾਂ ਚ, ਮਹੀਨੇ ਚ, 20 ਦਿਨਾਂ ਚ, ਜਾਂ 5 ਦਿਨਾਂ ਚ, ਕੁਝ ਘੰਟਿਆਂ ਚ, ਪਰ ਉਹ ਆਯੁਰਵੇਦ ਇਹ ਨਹੀਂ ਆ। ਆਯੁਰਵੇਦ ਚੱਲਦਾ ਵਾਤ ਪਿੱਤ ਕਫ ਦੇ ਨਾਲ, ਵਾਤ ਪਿੱਤ ਕਫਾ ਜਵਾਰਾ ਲੰਘਣਾ ਬਰੇਚਣਾ ਦੀਪਾਨਾ ਪਾਚਣਾ, ਇਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ, ਜਵਾਰਾ ਇਹ ਸਾਰਾ ਕੁਝ ਦੇਖ ਕੇ ਫਿਰ ਟ੍ਰੀਟਮੈਂਟ ਕੀਤਾ ਜਾਂਦਾ। ਮੈਂ ਇਹੀ ਕਹਾਂਗਾ ਜੇ ਤੁਸੀਂ ਆਸ ਪਾਸ ਤੁਸੀਂ ਕਿਸੇ ਵੈਦ ਤੋਂ ਵੀ ਦਵਾਈ ਲੈਂਦੇ ਆਪਦਾ, ਪ੍ਰੋਪਰ ਉਹਨੂੰ ਦੇਖ ਪਰਖੇ, ਉਹਦੀ ਜੋ ਵੀ ਪ੍ਰਕਿਰਤੀ ਦੇਖਦਾ ਵਾਤ ਪਿੱਤ ਕਫ ਦੇ ਮੁਤਾਬਕ ਚੱਲਦਾ, ਉਹ ਤੋਂ ਦਵਾਈ ਲਓ। ਪਤਾ ਵੈਦ ਸਾਹਿਬ, ਹੁਣ ਕਿਵੇਂ ਸਰਦੀਆਂ ਨੇ, ਸਰਦੀਆਂ ਚ ਕਿਵੇਂ ਪੁਰਾਣੇ ਸਮੇਂ ਚ ਦੇਖਿਆ ਪੰਜੀਰੀ ਬਣਾ ਲੈਂਦੇ ਨੇ ਲੋਕ, ਹੁਣ ਵੀ ਬਣਾ ਲੈਂਦੇ ਨੇ, ਹੈਨਾ, ਇਹ ਕਹਿੰਦੇ ਨੇ ਕਿ ਵੈਦ ਨੇ ਕਿਹੜੇ ਗਿਆਨੀ ਵੈਦ ਨੇ, ਉਹ ਵੀ ਸਿਆਲਾਂ ਚ ਕੁਝ ਨਾ ਕੁਝ ਸਪੈਸ਼ਲ ਜ਼ਰੂਰ ਤਿਆਰ ਕਰਦੇ ਨੇ, ਚਮਨ ਪਰਾਸ਼ ਹੋ ਗਿਆ, ਜਾਂ ਫਿਰ ਕੋਈ ਮੁਰੱਬਾ ਹੋ ਗਿਆ, ਜਾਂ ਕੁਝ ਕਿਸੇ ਵੀ ਤਰ੍ਹਾਂ ਦਾ ਪਾਕ ਹੋ ਗਿਆ, ਕਿ ਤੁਸੀਂ ਕੋਈ ਐਸੀ ਚੀਜ਼ ਬਣਾਉਂਦੇ ਹੋ ਸਪੈਸ਼ਲ ਜਿਹੜੀ ਖਾਸ ਕਰਕੇ ਸਰਦੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਬਣਾਈ ਜਾਂਦੀ ਹੋਵੇ? ਅਸੀਂ ਭਾਈ ਸਾਹਿਬ ਜੀ ਬਣਾਉਂਦੇ ਹਾਂ ਚਰਨ ਪਰਾਸ਼, ਆਹ ਹੁਣ 5 ਦਸੰਬਰ ਤੋਂ ਬਾਅਦ ਬਣਾਉਣ ਲੱਗਣਾ, ਕਿਉਂਕਿ ਹੁਣ ਹੀ ਮੋਟਿਆ ਰੇਸ਼ੇ ਵਾਲਾ ਆਂਵਲਾ ਆਉਣ ਲੱਗਿਆ, ਪਹਿਲਾਂ ਰੇਸ਼ੇ ਵਾਲਾ ਆਂਵਲਾ ਨਹੀਂ ਹੁੰਦਾ ਸੀ, ਹੁਣ ਉਹਦੇ ਆਂਵਲੇ ਦੇ ਗੁਣ ਬਰਕਰਾਰ ਮਿਲਣਗੇ ਜੋ ਠੰਡ ਆਉਣ ਲੱਗ ਗਈ। ਠੀਕ ਹੈ ਜੀ, ਚਵਨ ਪਰਾਸ ਬਣਾਉਣੇ ਅਸੀਂ, ਜਿਵੇਂ ਆਪਾਂ ਡਾਬਰ ਦਾ ਚਮਨ ਪਰਾ ਖਾਧਾ, ਕੋਈ ਹੋਰ ਖਾਧਾ, ਉਸ ਨੂੰ ਪਤਾ ਲੱਗ ਜੂ 53 ਬੂਟੀਆਂ ਪੈਂਦੀਆਂ, 87 ਪੈਂਦੀਆਂ, ਉਹ ਚ ਬਹੁਤ ਵਧੀਆ ਜਿਹੜਾ ਬਣਾਉਂਦੇ ਆਪਾਂ ਚਵਨ ਪਰਾਸ, ਬਿਨਾਂ ਕਿਸੇ ਸਾਈਡ ਇਫੈਕਟ ਤੋਂ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਜਿਹੜਾ ਕੋਈ ਮਰਜ਼ੀ ਖਾਈ ਚੱਲੇ, ਪਚਣ ਦੇ ਵਿੱਚ ਵੀ ਹਲਕਾ ਹੁੰਦਾ, ਬਹੁਤ ਹੀ ਵਧੀਆ ਹੁੰਦਾ, ਖਾਂਸੀ ਰੇਸ਼ਾ ਬਲਗਮ ਇਮਿਊਨਿਟੀ, ਜਾਂ ਕਿਸੇ ਦਾ ਵਜਨ ਵੱਧ ਰਿਹਾ ਹੁੰਦਾ, ਜਾਂ ਕਿਸੇ ਦਾ ਵਜਨ ਘੱਟ ਰਿਹਾ ਹੁੰਦਾ, ਜਾਂ ਕਿਸੇ ਜੋੜਾਂ 'ਚ ਤਕਲੀਫ ਹੁੰਦੀ ਆ, ਜਾਂ ਕਿਸੇ ਨੂੰ ਸਰਦੀ ਵਿੱਚ ਖਾਂਸੀ ਰੇਸ਼ਾ ਜ਼ੁਕਾਮ ਪੇਟ ਦੇ ਰੋਗ ਬਣੇ ਰਹਿੰਦੇ ਆ, ਉਹਨਾਂ ਵਾਸਤੇ ਆਪਾਂ ਬਹੁਤ ਹੀ ਵਧੀਆ ਚਵਨ ਪਰਾਸ ਬਣਾਵਾਂਗੇ, 5 ਤਰੀਕ ਤੋਂ ਬਾਅਦ ਬਣਾਵਾਂਗੇ, ਉਹ ਸਾਰਿਆਂ ਨੂੰ ਦੇਵਾਂਗੇ, ਕੋਈ ਸਾਈਡ ਇਫੈਕਟ ਨਹੀਂ ਹੈ, ਆਪ ਤਿਆਰ ਕਰਨਾ, ਕੱਲੀ ਚੀਜ਼ ਲਿਆ ਕੇ ਸਭ ਤੋਂ ਵੱਧ ਆਂਵਲਾ ਉਹਦੇ 'ਚ ਪੈਂਦਾ ਆਂਵਲਾ, ਬਾਕੀ 87 ਬੂਟੀਆਂ ਦਾ ਕਵਾਸ ਕਰਕੇ ਪੀਠੀ ਬਣਾ ਕੇ ਸਾਰਾ ਕੁਝ ਵਧੀਆ ਤਰੀਕੇ ਨਾਲ ਪੈਂਦਾ, ਬਹੁਤ ਹੀ ਸਵਾਦਿਸ਼ਟ ਬਣਦਾ, ਨੁਕਸਾਨ ਕੋਈ ਵੀ ਨਹੀਂ ਹੈ, ਤੇ ਕਾਫੀ ਫਾਇਦੇ ਨੇ ਉਹਦੇ, ਹੈ ਜੀ? ਬਿਲਕੁਲ ਜੀ ਬਿਲਕੁਲ, ਮੈਂ ਨਾ ਚਵਨ ਪਰਾਸ ਦੀ ਜੇ ਆਪਾਂ ਗੱਲ ਕਰਕੇ, ਲਿਮਿਟ ਹੀ ਕੋਈ ਨਹੀਂ, ਇੰਨਾ ਵਧੀਆ ਪੇਟ ਦੇ ਰੋਗਾਂ ਤੇ ਕੰਮ ਕਰਦਾ, ਕਮਜ਼ੋਰੀ ਤੇ ਕੰਮ ਕਰਦਾ, ਜਾਂ ਕਈ ਸਪੈਸ਼ਲ ਚਵਨ ਪਰਾ ਬਣਾਉਂਦੇ ਆ ਮਰਦਾਨਾ ਕਮਜ਼ੋਰੀ ਵਾਸਤੇ, ਕਈ ਬੀਬੀਆਂ ਸਪੈਸ਼ਲ ਕਮਰ ਵਾਸਤੇ ਬਣਾਉਂਦੀਆਂ, ਅਲੱਗ ਅਲੱਗ ਇਹਦੇ ਚਵਨ ਪਰਾਸ ਦੇ ਬਹੁਤ ਸਾਰੇ ਫਾਇਦੇ ਨੇ। ਕਿਵੇਂ ਗੱਲ ਕਰੀਏ ਕਿ ਚਵਨ ਪਰਾਸ਼ ਆ ਕਿਹੜਾ ਕਿਸੇ ਨੂੰ ਸ਼ੂਗਰ ਵਗੈਰਾ ਹੋਵੇ ਲੈ ਸਕਦਾ ਉਹ ਵੀ? ਬਿਲਕੁਲ ਜੀ ਬਿਲਕੁਲ, ਹੁਣ ਅੱਜ ਕੱਲ੍ਹ ਉਹ ਸ਼ੂਗਰ ਤੋਂ ਬਿਨਾਂ ਵੀ ਬਣਦਾ, ਉਹਦੇ ਵਿੱਚ ਚੀਨੀ ਦਾ ਇਸਤੇਮਾਲ ਜਿਹੜਾ ਉਹ ਕੀਤਾ ਜਾਂਦਾ, ਉਹ ਆਪਣੀ ਵਿਧੀ ਨਾਲ ਕੀਤਾ ਜਾਂਦਾ ਅਲੱਗ, ਸ਼ੂਗਰ ਵਾਲੇ ਪਰਸਨ ਵੀ ਇਹਨੂੰ ਜ਼ਿਆਦਾਤਰ ਜਿਵੇਂ ਮਰਜ਼ੀ ਖਾਧੇ ਨੇ, ਕੋਈ ਸ਼ੂਗਰ ਨਹੀਂ ਵੱਧਦੀ, ਵਹਿਤਾ ਚ ਖੰਡ ਤੇ ਸ਼ਹਿਦ ਪੈਂਦਾ ਹੀ ਪੈਂਦਾ ਹੁੰਦਾ, ਪਰ ਅਸਲ ਜਿਹੜੀ ਹੁਣ ਵਿਧੀ ਬਣਦੀ ਸ਼ੂਗਰ ਵਾਲੇ ਵਾਸਤੇ, ਉਹ ਇੱਕ ਡਿਫਰੈਂਟ ਵਿਧੀ ਬਣਦੀ ਹੈ, ਸ਼ੂਗਰ ਵਾਲੇ ਵੀ ਵਿਅਕਤੀ ਇਹਨੂੰ ਖਾ ਸਕਦੇ ਨੇ। ਤੇ ਵੈਸਾ ਹੁਣ ਅਗਰ ਗੱਲ ਕਰਦੇ ਹਾਂ ਆਪਾਂ ਚਾਵਨ ਪਰਾਸ਼ ਆ ਕਿਹੜਾ, ਹੈ ਨਾ, ਤੇ ਮੰਗਾਇਆ ਕਿਵੇਂ ਜਾਵੇ? ਇਹ ਦੇਖੋ ਜੀ, ਬਿਹਤਰ ਤਾਂ ਇਹ ਵੀ ਬੰਦਾ ਆਨਲਾਈਨ ਵੀ ਮੰਗਾ ਸਕਦਾ ਜਦੋਂ ਬਣ ਗਿਆ, ਦੱਸ ਕੇ ਆਪਦਾ ਐਡਰੈਸ ਵਗੈਰਾ, ਤੇ ਬਾਕੀ ਜੇ ਕੋਈ ਆ ਕੇ ਲੈ ਜੂ ਤਾਂ ਜ਼ਿਆਦਾ ਬਿਹਤਰ, ਵੀ ਆ ਕੇ ਲੈ ਤਾਂ ਆ ਕੇ ਲੈ ਜੇ ਤਾਂ ਜ਼ਿਆਦਾ ਵਧੀਆ। ਤਾਂ ਉਸ ਤੋਂ ਵੈਸਾ ਦੋਨਾਂ ਤਰ੍ਹਾਂ ਹੀ ਮਤਲਬ ਕਿਵੇਂ ਤੁਹਾਨੂੰ ਠੀਕ ਲੱਗੇ, ਹੁਣ ਉਸੇ ਤਰ੍ਹਾਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ, ਫੋਨ ਤੇ ਕਰ ਲਓ ਗੱਲ, ਜਾਂ ਜੇ ਮਿਲ ਕੇ ਤੁਸੀਂ ਮਿਲ ਲਓਗੇ ਤਾਂ ਜ਼ਿਆਦਾ ਵਧੀਆ।
ਤੇ ਬੈ ਸਾਹਿਬ ਹੁਣ ਕਿਵੇਂ ਆਪਾਂ ਗੱਲ ਕਰ ਰਹੇ ਸੀ, ਮੈਂ ਕਿਉਂਕਿ ਹਰ ਇੱਕ ਚੀਜ਼ ਨੂੰ ਛੂਹਣਾ ਹੁੰਦਾ ਵੀਡੀਓ ਦੇ ਵਿੱਚ, ਕਿਉਂਕਿ ਕੋਈ ਗਿਆਨੀ ਬੰਦਾ ਹੁੰਦਾ ਉਹ ਤੋਂ ਗਿਆਨ ਲੈਤਾ ਜਾਵੇ, ਲੋਕਾਂ ਨਾਲ ਵੰਡਿਆ ਜਾਵੇ। ਹੁਣ ਕਿਵੇਂ ਸ਼ੂਗਰ ਦੀ ਗੱਲ ਕਰ ਰਹੇ ਸੀ ਆਪਾਂ, ਹੈਨਾ, ਸ਼ੂਗਰ ਦੀ ਪ੍ਰੋਬਲਮ ਵੀ ਬਹੁਤ ਆ, ਕੋਈ ਖਾਸ ਕੋਈ ਥੋੜਾ ਬਹੁਤ ਕੋਈ ਉਪਾਅ ਕੋਈ ਨੁਕਤਾ ਦੱਸੋ ਕੋਈ ਸ਼ੂਗਰ ਵਾਲਿਆਂ ਵਾਸਤੇ ਵੀ ਕੋਈ। ਦੇਖੋ ਜੀ, ਸ਼ੂਗਰ ਦਾ ਜਿਹੜਾ ਪ੍ਰੋਸੈਸ ਆ ਨਾ, ਸ਼ੂਗਰ 18 ਤਰ੍ਹਾਂ ਦੀ ਸ਼ੂਗਰ ਹੁੰਦੀ ਹੈ ਜੀ। ਅੱਛਾ ਜੀ, ਆਪਾਂ ਸ਼ੂਗਰ ਕਹਿ ਦਿੰਦੇ ਆ, ਆਯੁਰਵੇਦ ਵਿੱਚ ਸ਼ੂਗਰ ਨੂੰ 18 ਤਰ੍ਹਾਂ ਦਾ ਮੰਨਿਆ ਗਿਆ, ਬਾਤ ਚ ਪਰਮੇ, ਪਿੱਤ ਚ ਪਰਮੇ, ਕਫ ਚ ਪਰਮੇ। ਠੀਕ ਹੈ ਜੀ, ਇਹਨਾਂ ਦੀਆਂ ਬਾਤ ਪਿੱਤ ਕਫ ਦੀਆਂ 6-6 ਕੈਟਾਗਰੀਆਂ। ਠੀਕ ਹੈ ਜੀ, ਤੁਸੀਂ ਇੱਕ ਬੰਦੇ ਨੇ ਕਹਿੰਦਾ ਸ਼ੂਗਰ ਆ ਮੈਨੂੰ, ਕਿਹੜੀ ਸ਼ੂਗਰ ਆ, ਕਿੱਥੋਂ ਪਤਾ ਲੱਗੂ? ਉਹ ਜਦੋਂ ਬੰਦਾ ਵੈਦ ਸਾਹਿਬ ਕੋਲ ਆਉਂਦਾ, ਕਿਸੇ ਵੈਦ ਕੋਲ ਜਾਂਦਾ, ਉਹਦੀ ਪ੍ਰਕਿਰਤੀ ਵੇਖਦਾ, ਉਹਦੀ ਨਬਜ਼ ਵੇਖਦਾ, ਉਹਦਾ ਚਿਹਰਾ ਵੇਖਦਾ, ਉਹਦੇ ਲੱਛਣ ਵੇਖਦਾ, ਬਾਤ ਵਧਿਆ, ਪਿੱਤ ਵਧਿਆ, ਕਫ ਵਧਿਆ, ਉਹਦੇ ਮੁਤਾਬਕ ਉਹਦਾ ਟ੍ਰੀਟਮੈਂਟ ਦਿੱਤਾ ਜਾਂਦਾ। ਬਾਕੀ ਆਮ ਹੀ ਨੁਕਸ ਲੋਕ ਵਰਤਦੇ ਆ ਚੀਜ਼ਾਂ ਜਿਹੜੀਆਂ ਵਰਤੀਆਂ ਜਾਂਦੀਆਂ, ਉਹਦੇ ਚ ਜਿਵੇਂ ਆਪਾਂ ਗੱਲ ਕਰਦੇ ਹਾਂ ਕਰੰਜਗਿਰੀ ਸੋਹਣਾ ਕੰਮ ਕਰਦੀ ਹੈ, ਗੁੜਮਾਰ ਬੂਟੀ ਸੋਹਣਾ ਕੰਮ ਕਰਦੀ ਹੈ, ਏਦਾਂ ਦੀ ਬੂਟੀਆਂ ਹੈਗੀਆਂ। ਪਰ ਮੈਂ ਕਹਿੰਦਾ ਵੀ ਤੁਸੀਂ ਵੈਦ ਦੀ ਸਲਾਹ ਨਾ ਚੱਲ ਕੇ ਲਓ ਤਾਂ ਦਵਾਈ ਸ਼ੂਗਰ ਦਾ ਜ਼ਿਆਦਾ, ਕਿਉਂਕਿ ਸ਼ੂਗਰ ਇੱਕ ਅਜਿਹੀ ਚੀਜ਼ ਆ ਜਿਹੜੀ ਅੱਜ 100 ਦੇ ਵਿੱਚੋਂ 80 ਮਰੀਜ਼ਾਂ ਨੂੰ ਆ, 80ਆਂ ਨੂੰ ਹੈਗੀ ਵੀ 80ਆਂ ਨੂੰ ਦਿਨ ਬ ਦਿਨ ਕਮਜ਼ੋਰ ਕਰਦੀ ਹੈ, ਵੀਕਨੈਸ ਨਜ਼ਰ ਕਮ ਘਟਾ ਰਹੀ ਹੈ, ਹੱਡੀਆਂ ਕਮਜ਼ੋਰ ਕਰਦੀ ਹੈ, ਭੁੱਖ ਤੇ ਅਸਰ ਪਾਉਂਦੀ ਹੈ, ਭੁੱਖ ਵਧਾਉਂਦੀ ਆ, ਕਦੇ ਘਟਾਉਂਦੀ ਆ, ਮਤਲਬ ਬਹੁਤ ਸਾਰਾ ਅਸਰ ਪਾਉਂਦਾ, ਗ੍ਰਹਿਸਥੀ ਜੀਵਨ ਤੇ ਵੀ ਸ਼ੂਗਰ ਨੇ ਅਸਰ ਪਾਇਆ। ਉਹ ਤੁਸੀਂ ਕਿਸੇ ਵੈਦ ਜਾਂ ਡਾਕਟਰ ਦੀ ਸਲਾਹ ਨਾ ਮਸ਼ਵਰਾ ਕਰਕੇ ਦਵਾਈ ਲਈ ਜਾਵੇ ਤਾਂ ਮੇਰੇ ਹਿਸਾਬ ਨਾਲ ਜ਼ਿਆਦਾ ਬਿਹਤਰ ਆ। ਠੀਕ ਆ ਜੀ, ਤੇ ਬੈ ਸਾਹਿਬ ਕਿਵੇਂ ਆਪਾਂ ਨੇ ਉਸ ਦਿਨ ਵੀ ਗੱਲ ਕਰੀ ਸੀ ਵੀਡੀਓ ਦੇ ਵਿੱਚ, ਤੇ ਮੈਂ ਚਾਹੂੰਗਾ ਜਾਂਦੇ ਜਾਂਦੇ ਅਗਰ ਕਿਉਂਕਿ ਕਿਹੜੀਆਂ ਗੁਪਤ ਰੋਗ ਨੇ ਕਿਹੜੇ, ਕਈ ਤਾਂ ਦੱਸਣੋਂ ਵੀ ਸ਼ਰਮਾ ਜਾਂਦੇ ਨੇ, ਹੈਨਾ, ਕਮਜ਼ੋਰੀ ਹੋ ਜਾਂਦੀ ਹੈ ਕਿਵੇਂ ਬੰਦਿਆਂ ਨੂੰ, ਹੈਨਾ, ਕਈ ਤਰ੍ਹਾਂ ਦੀਆਂ ਤੁਹਾਨੂੰ ਪਤਾ ਕਿਹੜੀਆਂ ਕਿਹੜੀਆਂ ਪ੍ਰੋਬਲਮਾਂ ਹੁੰਦੀਆਂ ਨੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ, ਹੈਨਾ, ਤੇ ਕੋਈ ਉਹਨਾਂ ਵਾਸਤੇ ਵੀ ਕੋਈ ਸੁਝਾਵ ਜ਼ਰੂਰ ਦਿਓ ਕੋਈ, ਜਾਂ ਫਿਰ ਕੋਈ ਮਿਲਣਾ ਚਾਹੁੰਦਾ ਹੋਵੇ ਤੁਹਾਨੂੰ ਕਿਸ ਤਰ੍ਹਾਂ ਕੰਟੈਕਟ ਕਰੇ? ਉਹ ਬਸ ਮੇਰੇ ਫੋਨ ਤੇ ਮੈਨੂੰ ਬੁੱਧਵਾਰ ਜਾਂ ਐਤਵਾਰ ਇੱਥੇ ਰੈਕੋਰਡ ਅਸੀਂ ਬੈਠਦੇ ਹਾਂ ਗੁਰਦੁਆਰਾ ਟਾਹਲੀ ਸਾਹਿਬ ਦੇ ਨੇੜੇ, ਉੱਥੇ ਬੈਠਦੇ ਹਾਂ, 90-823-62000 ਮੇਰਾ ਨੰਬਰ, ਉੱਥੇ ਸੰਪਰਕ ਕਰ ਸਕਦੇ ਆ। ਬਾਕੀ ਮੇਰਾ ਤਾਂ ਮਕਸਦ ਇਹ ਵੀ ਜੇ ਤਾਂ ਮੈਨੂੰ ਕਿਸੇ ਰੋਗ ਦੀ ਸਮਝ ਆ ਫਿਰ ਤਾਂ ਮੈਨੂੰ ਹਾਂ ਕਹਿਣਾ, ਤੇ ਨਹੀਂ ਮੈਨੂੰ ਜਵਾਬ ਦੇ ਦੇਣਾ, ਨਾ ਤਾਂ ਮੇਰਾ ਟਾਈਮ ਵੇਸਟ ਹੋਵੇ ਨਾ ਉਹਦਾ ਹੋਵੇ, ਕਿਉਂਕਿ ਬਹੁਤ ਮਿਹਨਤ ਨਾਲ ਬੂਟੀਆਂ ਲਿਆਉਂਦੇ ਅਸੀਂ ਬਣਾਉਂਦੇ ਹਾਂ, ਤੇ ਜੇ ਨਾਲ ਇਹਨੂੰ ਗੱਲ ਬਣੀ ਨਾ ਤੇ ਮੇਰੀ ਸਮਝ ਚ ਨਹੀਂ, ਮੈਂ ਇਹਦਾ ਟਾਈਮ ਵੇਸਟ ਕਰਾਂ, ਮੈਂ ਵੀ ਨਹੀਂ ਚਾਹੁੰਦਾ ਗਾ, ਕਿਉਂਕਿ ਕਿਸੇ ਨੂੰ ਵੀ ਹੱਕ ਨਹੀਂ ਕਿਸੇ ਸਿਹਤ ਨਾਲ ਖਿਲਵਾੜ ਕਰਨ, ਚਾਹੇ ਮੈਂ ਆ ਚਾਹੇ ਕੋਈ ਵੀ ਆ। ਬਸ ਸਾਹਿਬ ਕਿਵੇਂ ਨਾ ਕਈ ਲੋਕਾਂ ਦੇ ਚ ਜ਼ਿਆਦਾ ਵਹਿਮ ਲਾ ਲਓ, ਜਾਂ ਫਿਰ ਕਿਵੇਂ ਅਧੂਰੀ ਜਾਣਕਾਰੀ ਆ, ਕਿਉਂਕਿ ਅਧੂਰੀ ਜਾਣਕਾਰੀ ਬੜੀ ਖਤਰਨਾਕ ਹੁੰਦੀ ਆ। ਮੈਂ ਕਹਿਣ ਤੋਂ ਭਾਵ ਇਹ ਆ, ਕਿਵੇਂ ਲੋਕ ਕਹਿੰਦੇ ਨੇ ਵੀ ਮੈਂ ਸਰਦੀਆਂ ਚ ਸਫੇਦ ਮੁਸਲੀ ਜਾਂ ਵਿੱਚ ਹੋਰ ਅਸ਼ਵਗੰਧਾ ਮਿਲਾ ਕੇ ਵੀ ਇੱਕ ਦੋ ਚੀਜ਼ਾਂ ਮੈਂ ਖਾ ਲਈਆਂ ਜੀ, ਮਤਲਬ ਹੈਨਾ ਵੀ ਮਜ਼ਬੂਤੀ ਵਾਸਤੇ, ਤੇ ਤੁਸੀਂ ਕੀ ਮੰਨਦੇ ਹੋ ਵੀ ਇਹ ਸਫੈਦ ਮੁਸਲੀ ਜਾਂ ਇੱਕ ਦੋ ਚੀਜ਼ਾਂ ਖਾਣ ਨਾਲ ਇਹ ਠੀਕ ਆ, ਇਸ ਤਰ੍ਹਾਂ ਵੀ ਖਾ ਸਕਦਾ ਬੰਦਾ, ਜਾਂ ਵੀ ਪ੍ਰੋਪਰ ਕਿਸੇ ਵੈਦ ਦੀ ਦੇਖ ਰੇਖ ਦੇ ਵਿੱਚ ਹੀ ਇਹ ਦਵਾਈ ਤੁਹਾਨੂੰ ਵਰਤਣੀ ਚਾਹੀਦੀ ਹੈ, ਕਿਉਂਕਿ ਮਾਤਰਾ ਵੱਧ ਘੱਟ ਲਈ ਜਾ ਸਕਦੀ ਆ? ਦੇਖੋ ਜੀ, ਜਿਵੇਂ ਅਸ਼ਵਗੰਧਾ, ਸਤਾਵਰ, ਸਫੇਦ ਮੁਸਲੀ, ਕਾਲੀ ਮੁਸਲੀ, ਸਿੰਬਲ ਮੁਸਲੀ, ਇਹ ਜਿਹੜੀਆਂ ਚੀਜ਼ਾਂ ਆਮ ਖਾਧੀਆਂ ਜਾ ਸਕਦੀਆਂ। ਅੱਛਾ ਜੀ, ਆਮ ਖਾਧੀਆਂ ਜਾ ਸਕਦੀਆਂ, ਕੋਈ ਮਸਲਾ ਨਹੀਂ ਹੈ। ਇਹਨੂੰ ਪੰਜੀਰੀ ਦੇ ਵਿੱਚ ਵੀ ਆਪਾਂ ਪਾ ਸਕਦੇ ਹਾਂ, ਪੰਜੀਰੀ ਦੇ ਵਿੱਚ ਵੀ ਮਿਲਾ ਸਕਦੇ ਹਾਂ, ਕੋਈ ਮਸਲਾ ਨਹੀਂ ਖਾ ਸਕਦੇ, ਪਰ ਜੇ ਤੁਸੀਂ ਚਾਹੁੰਦੇ ਵੀ ਮੈਨੂੰ ਪ੍ਰੋਪਰ ਹੀ ਵਧੀਆ ਟ੍ਰੀਟਮੈਂਟ ਮਿਲੇ, ਹਾਂਜੀ, ਵੀ ਮੈਂ ਪ੍ਰੋਪਰ ਹੀ ਜਲਦੀ ਕਵਰ ਹੋਵਾਂ ਵਧੀਆ ਵਿਧੀ ਨਾਲ, ਵੀ ਮੈਨੂੰ ਕੋਈ ਬੂਟੀ ਨੁਕਸਾਨ ਬਣਾ ਕਰੇ, ਪਚਣ ਵਿੱਚ ਹਲਕੀ ਹੋਵੇ, ਮੇਰੀ ਬੋਡੀ ਦੇ ਮੁਤਾਬਕ ਕਿਹੜੀ ਬੂਟੀ ਮੈਨੂੰ ਜ਼ਿਆਦਾ ਕੰਮ ਕਰੇਗੀ, ਉਹ ਫਿਰ ਵੈਦ ਹੀ ਦੱਸ ਸਕਦਾ ਵੀ ਕਿਹੜੀ ਮੈਨੂੰ ਖਾਣੀ ਚਾਹੀਦੀ। ਪਰ ਹਾਂ, ਇਹਨਾਂ ਇਹ ਚੀਜ਼ਾਂ ਦਾ ਜੇ ਆਪਾਂ ਮਿਕਦਾਰ ਦੇ ਨਾਲ ਲਈਏ ਨੁਕਸਾਨ ਕੋਈ ਨਹੀਂ ਹੈ, ਫਾਇਦਾ ਹੌਲੀ 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 ਇਹਨੇ ਕਰਨਾ ਹੀ ਹੁੰਦਾ, ਕਰਨਾ ਹੀ ਹੁੰਦਾ। ਤਾਂ ਬੈ ਸਾਹਿਬ ਹੁਣ ਜਾਂਦੇ ਜਾਂਦੇ ਇੱਕ ਆਪਣਾ ਮੋਬਾਈਲ ਨੰਬਰ ਤੇ ਇੱਕ ਆਪਣਾ ਮਤਲਬ ਕਿੱਥੇ ਤੁਹਾਡਾ ਦਵਾਖਾਨਾ, ਤੁਹਾਡੀ ਸ਼ਾਪ ਆ, ਉਹ ਜ਼ਰੂਰ ਦੱਸ ਦਿਓ। ਵੈਦ ਗੁਰਮੇਲ ਸਿੰਘ ਜੀ, ਖਾਲਸਾ, ਨੇੜੇ ਗੁਰਦੁਆਰਾ ਟਹਿਲੀਆਣ ਸਾਹਿਬ, ਰਾਏਕੋਟ ਸ਼ਹਿਰ, ਨੰਬਰ ਮੋਬਾਈਲ ਨੰਬਰ 90823-62000-84-37-37-93-46। ਬੁੱਧਵਾਰ ਜਾਂ ਐਤਵਾਰ ਆਪ ਜੀ ਮੈਨੂੰ ਜਦੋਂ ਮਰਜ਼ੀ ਮਿਲ ਸਕਦੇ ਹੋ, ਬਾਕੀ ਅਦਰਵਾਈਜ਼ ਤੁਸੀਂ ਮੈਨੂੰ ਫੋਨ ਤੇ ਸਲਾਹ ਮਸ਼ਵਰਾ ਜੋ ਵੀ ਕਰਨਾ ਹੋਵੇ ਤਾਂ ਬਿਹਤਰ ਗੱਲ ਇਹ ਵੀ 2 ਦਾ ਪੁਆਇੰਟ ਗੱਲ ਹੋਵੇ ਤਾਂ ਜ਼ਿਆਦਾ ਬਿਹਤਰ ਆ। ਕਈ ਵਾਰ ਕੀ ਹੁੰਦਾ ਬੰਦਾ ਸੋਚਦਾ ਵੀ ਸ਼ਾਇਦ ਆਹ ਵੀ ਗੱਲ ਪੁੱਛ ਲਈ, ਆਹ ਵੀ ਗੱਲ ਪੁੱਛ ਲਓ, ਕਿ ਸਮਾਂ ਥੋੜਾ ਜਿਹਾ ਘੱਟ ਹੁੰਦਾ, ਦਵਾਈਆਂ ਮੈਂ ਖੁਦ ਆਪ ਤਿਆਰ ਕਰਨੀਆਂ ਹੁੰਦੀਆਂ। ਜਦੋਂ ਕੋਈ ਵੀ ਦਵਾਈ ਆਪ ਤਿਆਰ ਕਰਦੇ ਆ, 4-4 ਅੱਗਾਂ, 5-5 ਅੱਗਾਂ, 4-4 ਮਹੀਨੇ ਦਵਾਈ ਤਿਆਰ ਨਹੀਂ ਹੁੰਦੀ, ਬਹੁਤ ਮਿਹਨਤ ਨਾਲ ਦਵਾਈਆਂ ਤਿਆਰ ਹੁੰਦੀਆਂ, ਫਿਰ ਦੇਖਣਾ ਪੈਂਦਾ ਕਿਹੜੀ ਰੋਤਾ ਕੀ ਕਰਨਾ। ਇਸੇ ਕਰਕੇ ਜੇ ਬੰਦਾ ਆ ਕੇ ਮਿਲੇ ਤਾਂ ਉਹ ਜ਼ਿਆਦਾ
ਬਿਹਤਰ ਹੁੰਦਾ। ਇਹ ਜੜੀਆਂ ਬੂਟੀਆਂ ਸਾਰੀਆਂ ਆਪ ਇਕੱਠੀਆਂ ਕਰਕੇ ਲਿਆਉਣੀਆਂ ਜੀ? ਬਹੁਤ ਸਾਰੀਆਂ ਅਜਿਹੀਆਂ ਬੂਟੀਆਂ ਜਿਹੜੀਆਂ ਆਪਾਂ ਨੂੰ ਆਪ ਇਕੱਠੀਆਂ ਹੋ ਜਾਂਦੀਆਂ। ਹੁਣ ਕੁਝ ਬੂਟੀਆਂ ਜਿਵੇਂ ਅਰਾਨੀ ਅਗਰ ਇਰਾਨ ਚ ਆਊਗਾ, ਗੰਧ ਬਦਸਤਰਾ ਸਾਊਥ ਅਫਰੀਕਾ ਚ ਆਊਗਾ, ਏਦਾਂ ਜਿਹੜੀ ਚੀਜ਼ਾਂ ਬਾਹਰੋਂ ਆਉਂਦੀਆਂ ਉਹ ਬਾਹਰੋਂ ਹੀ ਓਕੇ। ਠੀਕ ਹੈ ਜੀ, ਹਾਂਜੀ ਹਾਂਜੀ। ਤਾਂ ਦੋਸਤੋ ਇਹ ਸੀ ਵੈਦ ਗੁਰਮੇਲ ਸਿੰਘ ਜੀ, ਵੀਡੀਓ ਦੇਖਣ ਲਈ ਧੰਨਵਾਦ। ਵਧੀਆ ਲੱਗੀ ਹੋਵੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਦੇ ਹੋਰ ਵੀ ਕੰਮ ਆ ਜਾਏ। ਧੰਨਵਾਦ।